ਅਸਲਾਮ ਵਾਲੇਕੁਮ ਸੱਜਣੋ ਅਤੇ ਮਿੱਤਰੋ, ਭੈਣੋ ਅਤੇ ਭਰਾਵੋ, ਛੋਟੇ ਤੋਂ ਵੱਡੇ ਵਿਹਲੇ ਅਤੇ ਕੰਮ ਆ, ਤੁਹਾਡਾ ਆਪਣਾ ਵੀਰ ਚੌਧਰੀ ਬ੍ਰੈਂਡ। ਉਮੀਦ ਕਰਦਾ ਤੁਸੀਂ ਸਾਰੇ ਖੈਰ ਨਾਲ ਖੁਸ਼ਬਾਸ਼ ਹੋ ਗਏ। ਅਲਹਮਦੁਲਿਲਾ, ਮੈਂ ਵੀ ਠੀਕ ਠਾਕ। ਅੱਜ ਦੀ ਵੀਡੀਓ ਹੈਗੀ ਆ, ਸਾਡੇ ਲਾਈਫ ਸਟਾਈਲ ਵਿੱਚ ਤਹਿਜ਼ੀਬ ਕਿੰਨੀ ਕੁ ਸ਼ਾਮਿਲ ਆ, ਕੀ ਰੋਲ ਹੈਗਾ। ਇਹ ਜਿਹੜੀ ਚੀਜ਼ ਹੈਗੀ ਹੈ ਨਾ, ਬੰਦੇ ਦਾ ਰਹਿਣ ਦਾ ਸਟਾਈਲ, ਬੰਦੇ ਦਾ ਕੱਪੜੇ ਪਾਉਣ ਦਾ ਸਟਾਈਲ, ਬੰਦੇ ਦਾ ਖਾਣ ਪੀਣ ਦਾ ਸਟਾਈਲ, ਇਹ ਤਿੰਨੇ ਚੀਜ਼ਾਂ ਨੂੰ ਜਦੋਂ ਅਸੀਂ ਮਿਲਾ ਕੇ ਨਾ, ਇਹ ਆਪਣੇ ਮੁਸਤਕਬਿਲ ਨੂੰ ਬਣਾ ਰਹੀ ਹੁੰਦੀ ਹੈ, ਇਹਨੂੰ ਉੱਪਰ ਲੈ ਕੇ ਜਾ ਰਹੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਆਪਾਂ ਕਿਸੇ ਦੇ ਕਮਰੇ 'ਚ ਜਾਣਾ ਹੋਵੇ, ਲੋਕ ਕਿਤੋਂ ਬਗੈਰ ਚਲੇ ਜਾਈਏ, ਉਹ ਕਿਸੇ ਹਾਲਤ 'ਚ ਵੀ ਬੈਠਾ ਨਾ, ਕਿਸੇ ਦਫ਼ਤਰ 'ਚ ਸ਼ਕ ਦੀ ਕਿਸੇ ਦੇ ਰੂਮ 'ਚ ਜਾਣਾ ਹੋਵੇ, ਅਗਰ ਆਪਾਂ ਤਹਿਜ਼ੀਬ ਦੇ ਨਾਲ, ਤਮੀਜ਼ ਦੇ ਨਾਲ ਥੋੜ੍ਹਾ ਦਰਵਾਜ਼ੇ ਨੂੰ ਲੋਕ ਕੀਤਾ, ਇਜਾਜ਼ਤ ਲਈ ਚਲੇ ਗਏ, ਅਗਲਾ ਬੰਦਾ ਅੱਗਿਓਂ ਰੈਡੀ ਹੋ ਜਾਂਦਾ, ਉਹਨੂੰ ਵੀ ਪਤਾ ਲੱਗ ਜਾਂਦਾ ਕਿ ਬੰਦਾ ਤਮੀਜ਼ਦਾਰ, ਇਹਦੀ ਜ਼ਿੰਦਗੀ ਰਹਿਣ ਸਹਿਣ ਦਾ ਸਟਾਈਲ, ਤਹਿਜ਼ੀਬ ਅੱਛੀ ਹੈਗੀ ਜਿਹੜਾ ਬੰਦਾ ਲੋਕ ਕਰਕੇ ਆਇਆ। ਇੱਦਾਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਨਾ ਜ਼ਿੰਦਗੀ ਦੇ ਵਿੱਚ, ਇਹ ਇਨਸਾਨ ਦੇ ਆਪਣੀ ਸ਼ਖਸੀਅਤ, ਆਪਣਾ ਸਟਾਈਲ, ਆਪਣੀ ਤਰਬੀਅਤ, ਆਪਣੀ ਤਹਿਜ਼ੀਬ ਸਭ ਕੁਝ ਦਿਖਾ ਦਿੰਦੀ ਹੈ। ਸਾਨੂੰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਕਲਾਸ ਰੂਮ 'ਚੋਂ ਸਾਨੂੰ ਕਿਤੇ ਹੋਰ ਜਾ ਕੇ ਨਹੀਂ ਲੱਭਣੀਆਂ ਹੈਗੀਆਂ। ਇਹ ਅਸੀਂ ਕਿਸੇ ਬੰਦੇ ਦੀ ਨਫਾਸਤ, ਉਹਦੀ ਜ਼ਿੰਦਗੀ ਦੀ ਰਹਿਣ ਦੀ ਤਰਤੀਬ, ਉਹਦਾ ਲਾਈਫ ਸਟਾਈਲ, ਉਹਦਾ ਖਾਣ ਪੀਣ, ਉਹਦਾ ਫਿਰ ਜ਼ਿੰਦਗੀ ਦੀ ਜਿਹੜਾ ਮਾਹੌਲ ਨਾਲ, ਉਹਦੇ ਘਰ ਦਾ ਮਾਹੌਲ ਵੀ ਸ਼ਾਮਿਲ ਹੁੰਦਾ, ਕਿੰਨੀ ਕੁ ਤਹਿਜ਼ੀਬ ਦੇ ਨਾਲ ਉਹ ਰਹਿ ਰਿਹਾ, ਕਿੰਨੀ ਕੁ ਜ਼ਿੰਦਗੀ ਦੇ ਵਿੱਚ ਉਹਦੇ ਨਫਾਸਤ ਹੈਗੀ। ਜਿਹੜੇ ਇਨਸਾਨ ਵੱਡੇ ਹੁੰਦੇ ਨੇ ਨਾ, ਉਹਨਾਂ ਦੀ ਪਹਿਚਾਣ ਜਾਂ ਉਹਨਾਂ ਦੀ ਇੱਜ਼ਤ ਜਾਂ ਉਹਨਾਂ ਦੀ ਤਹਿਜ਼ੀਬ ਉਹਨਾਂ ਦੇ ਵੱਡੇ ਕੰਮਾਂ ਤੋਂ ਨਹੀਂ ਮਹਿਸੂਸ ਹੁੰਦੀ ਹੈਗੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਮਹਿਸੂਸ ਹੁੰਦੀਆਂ। ਮਿਸਾਲ ਤੌਰ 'ਤੇ ਕੋਈ ਬੰਦਾ ਚੀਜ਼ ਖਾ ਰਿਹਾ ਹੋਵੇ, ਸੈਂਡਵਿਚ ਆ, ਬੜੇ ਸਾਈਜ਼ ਦੇ ਵਿੱਚ ਹੈਗਾ ਵਾ, ਉਹਨੂੰ ਚੱਕ ਕੇ ਥੋੜ੍ਹਾ ਜਿਹਾ ਖਾ ਲਿਆ, ਰੱਖ ਦਿੱਤਾ, ਉਹ ਜ਼ਾਇਆ ਹੋ ਗਿਆ। ਇਹ 'ਚ ਉਹਨੇ ਦੋ ਗਲਤੀਆਂ ਕੀਤੀਆਂ, ਇੱਕ ਤਾਂ ਇਹ ਕਿ ਉਹਨੇ ਸਾਰਾ ਚੱਕ ਕੇ ਮੂੰਹ ਨੂੰ ਲਾ ਲਿਆ ਹੈਗਾ, ਦੂਸਰਾ ਕਿ ਉਹਨੇ ਬਚਾ ਲਿਆ, ਇਹ ਗੁਨਾਹ ਹੈਗਾ। ਉਹੀ ਚੀਜ਼ ਜਿੰਨਾ ਕਿ ਉਹਨੇ ਖਾਣਾ ਸੀ, ਉਨਾ ਕਿ ਉਹਨੂੰ ਉੱਥੋਂ ਕੱਟ ਲੈਂਦਾ, ਤੋੜ ਲੈਂਦਾ, ਟਿਸ਼ੂ ਪੇਪਰ ਹੱਥ 'ਚ ਵਿੱਚ ਫੜਦਾ, ਉਹਨੂੰ ਖਾ ਲੈਂਦਾ, ਬਕਾਇਆ ਜਿਹੜਾ ਹੈ ਜ਼ਾਇਆ ਨਹੀਂ ਹੋਣਾ ਸੀ, ਕੋਈ ਹੋਰ ਵੀ ਖਾ ਸਕਦਾ ਸੀ। ਇੱਕ ਚੀਜ਼ ਮੂੰਹ ਨਾ ਲਾ ਕੇ ਤੁਸੀਂ ਰੱਖ ਦਿੱਤੀ, ਅਗਲੇ ਬੰਦੇ ਨੇ ਦੇਖਣ ਵਾਲੇ ਵੀ ਨਹੀਂ ਕਹਿਣਾ ਯਾਰ, ਉਹਦੀ ਤਰਬੀਅਤ 'ਤੇ ਵੀ ਸਵਾਲ ਉੱਠੇਗਾ, ਉਹਦੀ ਤਹਿਜ਼ੀਬ 'ਤੇ ਵੀ, ਉਹਦੀ ਜ਼ਿੰਦਗੀ ਦੇ ਸਟਾਈਲ 'ਤੇ ਵੀ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸੋਚਣੀਆਂ ਨਹੀਂ ਪੈਂਦੀਆਂ ਹੈਗੀਆਂ, ਸਾਨੂੰ ਵੇਖ ਕੇ ਵੀ ਆਪਣੀ ਜ਼ਿੰਦਗੀ 'ਚ ਲਿਆਉਣੀਆਂ ਚਾਹੀਦੀਆਂ। ਬਾਜ਼ੂਕਾਤ ਕਾਸਮ ਅਲੀ ਸ਼ਾਹ ਸਾਹਿਬ ਦੀ ਇੱਕ ਵੀਡੀਓ ਆ, ਮੈਨੂੰ ਬਹੁਤ ਪਸੰਦ ਆ, ਉਹ ਕਹਿੰਦਾ ਵਾ ਜਿਹੜਾ ਬੰਦਾ ਆਪਣੀ ਕੰਪਨੀ ਦੇ ਵਿੱਚ ਰਹਿਣਾ ਨਹੀਂ ਪਸੰਦ ਕਰਦਾ, ਉਹ ਦੂਸਰੀ ਕੰਪਨੀ 'ਚ ਕਿੱਦਾਂ ਜਾਏਗਾ। ਆਪਣੀ ਕੰਪਨੀ ਕੀ ਹੈਗੀ ਆ, ਜਦੋਂ ਬੰਦਾ ਇਕੱਲਾ ਬੈਠਾ ਹੁੰਦਾ, ਉਦੋਂ ਉਸ ਆਪਣੇ ਨਾਲ ਮੁਲਾਕਾਤ ਉਹਦੀ ਹੋ ਰਹੀ ਹੁੰਦੀ ਹੈ ਤਨਹਾਈ ਦੇ ਵਿੱਚ, ਉਹ ਉਸ ਟਾਈਮ ਰਹਿਣਾ ਨਹੀਂ ਅੱਛਾ ਲੱਗਦਾ, ਉਹ ਕਿਸੇ ਹੋਰ ਦੀ ਕੰਪਨੀ 'ਚ ਜਾ ਕੇ ਕਿੱਦਾਂ ਜੁਆਇਨ ਕਰ ਲਏਗਾ। ਹੁਣ ਘਰ ਦੇ ਵਿੱਚ ਹੁੰਦਾ ਵਾ ਕਿ ਛੋਟੀਆਂ ਛੋਟੀਆਂ ਚੀਜ਼ਾਂ, ਬੰਦਾ ਸੁੱਤਾ ਪਿਆ ਉੱਠਿਆ, ਉਹ ਆਪਣੇ ਬਿਸਤਰ ਨੂੰ ਕਿਸ ਹਿਸਾਬ ਨਾਲ ਰੱਖਦਾ, ਉੱਦਾਂ ਹੀ ਉੱਠ ਕੇ ਚਲੇ ਜਾਂਦਾ, ਵਾਸ਼ਰੂਮ ਇਸਤੇਮਾਲ ਕਰਨ ਦਾ। ਬਾਜ਼ੂਕਾਤ ਘਰਾਂ ਦੇ ਵਿੱਚ ਦੀ ਗੱਲ ਕਰ ਰਿਹਾ, ਨਹਾ ਕੇ ਉਹਨਾਂ ਸਾਬਣ ਦੇ ਉੱਪਰ ਵਾਲ ਲੱਗੇ ਹੁੰਦੇ ਆ, ਇਹ ਚੀਜ਼ਾਂ ਕੋਈ ਹੋਰ ਮਹਿਮਾਨ ਆ ਕੇ ਦੇਖ ਲਵੇ, ਉਹਨੇ ਕਹਿਣਾ ਯਾਰ ਇਹ ਕਿੱਦਾਂ ਦੇ ਬੰਦੇ, ਇਹਨਾਂ ਦੇ ਘਰ ਦੀ ਤਰਤੀਬ, ਰਹਿਣ ਸਹਿਣ, ਇਹਨਾਂ ਦਾ ਕੋਈ ਤਮੀਜ਼ ਤਹਿਜ਼ੀਬ ਨਹੀਂ ਹੈਗੀ। ਇਹ ਚੀਜ਼ਾਂ ਸਾਨੂੰ ਆਪ ਸਮਝਣੀਆਂ ਚਾਹੀਦੀਆਂ। ਇਹ ਛੋਟੀਆਂ ਛੋਟੀਆਂ ਚੀਜ਼ਾਂ ਅਗਰ ਅਸੀਂ ਆਪਣੀ ਜ਼ਿੰਦਗੀ 'ਚ ਲਿਆਵਾਂਗੇ ਨਾ, ਇੱਕ ਚੀਜ਼ ਆਪਾਂ ਕੰਮ ਕਰ ਰਹੇ ਹਾਂ ਉਹਨੂੰ ਚੱਕ ਕੇ ਉੱਥੇ ਰੱਖ ਦਈਏ, ਇੱਕ ਆਪਾਂ ਕੋਈ ਚੀਜ਼ ਇਸਤੇਮਾਲ ਕਰ ਰਹੇ ਹੈਗੇ ਹਾਂ, ਇਸਤੇਮਾਲ ਤੋਂ ਬਾਅਦ ਉਹਨੂੰ ਉਹਦੀ ਜਗ੍ਹਾ 'ਤੇ ਰੱਖ ਦਈਏ। ਇਹ ਚੀਜ਼ਾਂ ਜਿਹੜੀਆਂ ਨਾ, ਤੁਹਾਨੂੰ
ਉਸ ਟਾਈਮ ਮਹਿਸੂਸ ਨਹੀਂ ਹੋ ਰਹੀਆਂ ਹੁੰਦੀਆਂ, ਆਪਣੇ ਆਪ ਨੂੰ ਬੰਦੇ ਨੂੰ ਮਹਿਸੂਸ ਨਹੀਂ ਹੁੰਦੀਆਂ, ਕਿਉਂਕਿ ਜਦੋਂ ਦੂਸਰਾ ਬੰਦਾ ਤੁਹਾਨੂੰ ਵੇਖੇਗਾ ਉਹੀ ਦੱਸੇਗਾ ਯਾਰ ਮੁੰਡਾ ਤਮੀਜ਼ਦਾਰ ਆ। ਇਹਦੀ ਜਿਹੜੀ ਜ਼ਿੰਦਗੀ ਦੇ ਵਿੱਚ ਹੈ ਨਾ ਸਾਰੀ ਜਿਹੜੀ ਰੂਟੀਨ ਹੈਗੀ ਇਹ ਤਰਬੀਅਤ, ਫਿਰ ਤੁਹਾਡੇ ਮਾਂ ਵੱਡੀ ਗੱਲ ਹੈ ਕਿ ਤੁਹਾਡੇ ਮਾਂ ਬਾਪ ਦੀ ਵੀ ਇੱਜ਼ਤ ਹੋ ਰਹੀ ਹੁੰਦੀ ਹੈ, ਯਾਰ ਇਹਨੇ ਘਰੋਂ ਸਿੱਖ ਕੇ ਆਇਆ ਵਾ, ਕਿੱਡੇ ਤਮੀਜ਼ ਨਾਲ ਬੋਲ ਰਿਹਾ ਹੈਗਾ। ਇਹੀ ਚੀਜ਼ਾਂ ਹੁੰਦੀਆਂ ਖਾਣ ਪੀਣ ਦਾ ਸਟਾਈਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਹਿਜ਼ੀਬ ਵਾਲੀਆਂ ਹੈਗੀਆਂ ਨੇ, ਇਹ ਸਾਨੂੰ ਆਪ ਆਪਣੀ ਜ਼ਿੰਦਗੀ 'ਚ ਲਿਆਉਣੀਆਂ ਪੈਂਦੀਆਂ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਯਾਰ ਇਹਦੀ ਵਾਸਤੇ ਸਪੈਸ਼ਲ ਕਲਾਸ ਨਹੀਂ ਲੈਣੀ ਪੈਂਦੀ, ਕਿਸੇ ਕੋਲ ਜਾ ਕੇ ਸਪੈਸ਼ਲ ਟਾਈਮ ਲੈ ਕੇ ਚੀਜ਼ਾਂ ਨਹੀਂ ਸਿੱਖਣੀਆਂ ਪੈਂਦੀਆਂ। ਬੰਦਾ ਵੇਖ ਕੇ ਕਲਾਸ ਰੂਮ 'ਚੋਂ ਆਪਣੀ ਜਿੱਥੇ ਬਹਿੰਦਾ ਮਹਿਫਲ 'ਚੋਂ ਆਪਣੇ ਘਰ 'ਚੋਂ ਕਿਤੇ ਕੰਮ ਕਰਦਾ ਉਸ ਦਫ਼ਤਰ ਦੇ ਵਿੱਚੋਂ ਹਰ ਜਗ੍ਹਾ ਤੋਂ ਚੀਜ਼ ਮਿਲ ਜਾਂਦੀ ਹੈ। ਇੱਕ ਬੰਦਾ ਹੁੰਦਾ ਕੁਰਸੀ 'ਤੇ ਬੈਠਾ ਹੁੰਦਾ ਵਾ, ਅਜੀਬ ਸਟਾਈਲ ਨਾਲ ਬੈਠਾ ਹੁੰਦਾ, ਉਹਦਾ ਵੀ ਉਹੀ ਦੱਸ ਰਿਹਾ ਹੁੰਦਾ, ਉਹਦੀ ਤਰਬੀਅਤ ਹਰ ਚੀਜ਼ 'ਤੇ ਉਸ ਟਾਈਮ ਸਵਾਲ ਉੱਠ ਰਹੇ ਹੁੰਦੇ ਆ। ਬੈਠਣ ਦਾ ਵੀ ਇੱਕ ਸਟਾਈਲ ਹੁੰਦਾ, ਖਾਣ ਦਾ ਵੀ ਇੱਕ ਸਟਾਈਲ ਹੁੰਦਾ, ਇਹ ਸਾਰੀਆਂ ਚੀਜ਼ਾਂ ਨਾ ਇਨਸਾਨ ਦੀ ਤਰਬੀਅਤ ਤਹਿਜ਼ੀਬ ਸਭ ਕੁਛ ਨਜ਼ਰ ਆ ਰਿਹਾ ਹੁੰਦਾ। ਹੋਰ ਅਗਲੇ ਬੰਦੇ ਨੇ ਮੂੰਹ 'ਤੇ ਬੋਲ ਕੇ ਨਹੀਂ ਦੱਸ ਦੇਣਾ ਹੁੰਦਾ, ਉਹਨੇ ਮਹਿਸੂਸ ਕਰ ਲੈਣਾ ਦਾ, ਇੱਕ ਤਾਂ ਤੁਹਾਡੇ ਖਾਨਦਾਨ 'ਤੇ ਗੱਲ ਗਈ, ਇੱਕ ਤੁਹਾਡੇ ਮਾਂ ਬਾਪ 'ਤੇ ਗਈ, ਇੱਕ ਤੁਹਾਡੀ ਆਪਣੀ ਬੇਇੱਜ਼ਤੀ ਹੋਈ। ਦੇਖੋ ਇੱਕ ਗਲਤੀ ਕਰਨਾ ਕਿੰਨੇ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਇਹੀ ਚੀਜ਼ਾਂ ਉਹਨਾਂ ਕਹਿਣਾ ਯਾਰ ਇਹਦੇ ਮਾਂ ਬਾਪ ਨੇ ਇਹਨੂੰ ਸਿਖਾਇਆ ਨਹੀਂ, ਖਾਨਦਾਨ ਇੱਦਾਂ ਦਾ ਹੈਗਾ ਵਾ। ਹੱਦ ਤੱਕ ਗਲਤੀ ਇੱਕ ਬੰਦੇ ਦੀ ਆ, ਵਿੱਚ ਨਾਮ ਕਿੰਨੇ ਬੰਦਿਆਂ ਦੇ ਆ ਜਾਂਦੇ ਆ। ਇਹੀ ਕੰਮ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਫਾਸਤ ਲਿਆਈਏ, ਤਹਿਜ਼ੀਬ ਲਿਆਈਏ, ਸਾਨੂੰ ਹਰ ਕੋਈ ਬੰਦਾ ਇੱਜ਼ਤ ਵੀ ਕਰੇਗਾ, ਅੱਛੇ ਲਫ਼ਜ਼ਾਂ 'ਚ ਯਾਦ ਵੀ ਕਰੇਗਾ। ਜ਼ਿੰਦਗੀ ਦਾ ਮਜ਼ਾ ਵੀ ਉਹੀ ਹੈ ਕਿ ਤੁਸੀਂ ਮਹਿਫਲ 'ਚੋਂ ਉੱਠ ਕੇ ਜਾਓ ਤਾਂ ਤੁਹਾਡੀ ਪਿੱਛੇ ਤਾਰੀਫਾਂ ਸ਼ੁਰੂ ਹੋ ਜਾਣ, ਤੁਸੀਂ ਉਸ ਮਹਿਫਲ ਦੇ ਵਿੱਚੋਂ ਮਿਸ ਹੋ ਜਾਓ, ਅਗਲੇ ਬੰਦੇ ਤੁਹਾਨੂੰ ਯਾਦ ਕਰਨ। ਇਹਨੇ ਕਿ ਤੁਸੀਂ ਬੈਠੇ ਹੋ ਅਗਲੇ ਦਿਲ ਦੇ ਬੰਦੇ 'ਚ ਕਹਿਣਾ ਯਾਰ ਇਹਦੇ ਕੋਲ ਬਹਿਣਾ ਹੀ ਬਾਜ਼ਾਰ ਆ, ਇਹਨੂੰ ਨਾ ਬਹਿਣ ਦਾ ਪਤਾ ਨਾ ਖਾਣ ਦਾ ਪਤਾ, ਕੋਈ ਤਮੀਜ਼ ਤਹਿਜ਼ੀਬ ਨਹੀਂ ਇਹਦੇ ਵਿੱਚ ਹੈਗੀ। ਇਹ ਚੀਜ਼ਾਂ ਜਿਹੜੀਆਂ ਅਸੀਂ ਸਿੱਖ ਸਕਦੇ ਹਾਂ ਕਿ ਇੱਕ ਦੂਸਰੇ ਵੱਲ ਵੇਖ ਕੇ ਵੀ, ਇਹਦੇ ਵਾਸਤੇ ਸਪੈਸ਼ਲ ਕਲਾਸ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇਹਨਾਂ ਚੀਜ਼ਾਂ ਨਾਲ ਕੰਨੇ ਦੇ ਨਾਲ ਨਾ ਅੱਲਾਹ ਤਾਲਾ ਵੀ ਖੁਸ਼ ਹੁੰਦਾ ਵਾ। ਹਰ ਚੀਜ਼ ਦੀ ਸਫਾਈ ਸੁਥਰਾਈ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਰਹਿਣ ਵਾਸਤੇ ਤਮੀਜ਼, ਜ਼ਿੰਦਗੀ ਦੀ ਨਫਾਸਤ, ਇਨਸਾਨ ਦੀ ਤਹਿਜ਼ੀਬ ਸਭ ਕੁਛ ਨਜ਼ਰ ਆ ਰਿਹਾ ਹੁੰਦਾ, ਦੁਨੀਆਂ ਨੂੰ ਵੀ ਦੇਖ ਰਿਹਾ ਹੁੰਦਾ ਵਾ, ਬੰਦੇ ਨੂੰ ਆਪ ਵੀ ਉਦੋਂ ਮਹਿਸੂਸ ਹੁੰਦਾ ਜਦੋਂ ਬੰਦੇ ਕੋਲ ਹਰ ਕੋਈ ਬੰਦਾ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ। ਅੱਲਾਹ ਤਾਲਾ ਸਾਰਿਆਂ ਸਾਰੀ ਇਸ ਚੀਜ਼ਾਂ ਦੇ ਵਿੱਚ ਅੱਛੀ ਜ਼ਿੰਦਗੀ ਗੁਜ਼ਾਰਨ ਵਾਸਤੇ ਤੌਫੀਕ ਦੇਵੇ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਗੀ। ਸਾਡਾ ਯੂਟਿਊਬ ਚੈਨਲ ਹੈਗਾ 145 ਫਾਊਂਡੇਸ਼ਨ, ਇਹਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਲਾਜ਼ਮੀ ਕਰਨਾ। ਆਪਣਾ ਖਿਆਲ ਰੱਖਣਾ, ਮੈਨੂੰ ਦੁਆਵਾਂ ਵਿੱਚ ਯਾਦ ਰੱਖਣਾ। ਅੱਲਾਹ ਦੇ ਹਵਾਲੇ।